ਤੁਹਾਡਾ ਸਭ ਦਾ ਗਾਮਾ ਯੂਟਿਊਬ ਮੋਟਰ ਵਾਈਂਡਿੰਗ ਚੈਨਲ 'ਤੇ ਸਵਾਗਤ ਹੈ। ਔਰ ਅੱਜ ਦੀ ਆਪਣੀ ਗੱਲਬਾਤ ਦਾ ਵਿਸ਼ਾ ਹੈਗਾ ਕਢਾਈ ਵਾਲੀ ਮਸ਼ੀਨ 'ਤੇ ਜੋ ਮੋਟਰ ਲੱਗੀ ਹੁੰਦੀ ਉਹਦੀ ਵਾਈਂਡਿੰਗ ਬਾਰੇ ਗੱਲ ਕਰਾਂਗੇ। ਔਰ ਇਸ ਮੋਟਰ ਦੀ ਅੱਜ ਆਪਾਂ ਵਾਈਂਡਿੰਗ ਕਰਾਂਗੇ ਔਰ ਇਹਦਾ ਵਾਈਂਡਿੰਗ ਡਾਟਾ ਜਿਹੜਾ ਤੁਹਾਡੇ ਨਾਲ ਸ਼ੇਅਰ ਕਰਾਂਗੇ। ਅਤੇ ਪਹਿਲਾਂ ਤੁਸੀਂ ਜਿੰਨਾ ਵੀਡੀਓ ਨੂੰ ਪਿਆਰ ਦੇ ਰਹੇ ਹੋ ਸੋ ਉਸ ਵਾਸਤੇ ਤੁਹਾਡਾ ਸਾਰਿਆਂ ਦਾ ਧੰਨਵਾਦ। ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ PVC ਸ਼ੀਟ ਪਾਵਾਂਗੇ 7 ਨੰਬਰ, ਔਰ ਜਿਹੜੀਆਂ ਟਰਨਾਂ ਨੇ ਆਪਾਂ ਇਹਦੀਆਂ, ਇਹ ਸਟਾਰਟਿੰਗ ਦੇ ਕੋਇਲ ਹੈ, ਕੱਢ ਕੇ ਇਹਦੀ ਗਿਣਤੀ ਕਰ ਲਈ ਹੈ। ਔਰ ਇਹ ਰਨਿੰਗ ਦਾ ਸੈੱਟ ਹੈ ਆਪਣਾ, ਔਰ ਇਹਨਾਂ ਦੀ ਵੀ ਰਿਕਾਊਂਟਿੰਗ ਹੋ ਚੁੱਕੀ ਹੈ। ਅਤੇ ਇਹ ਡਾਟਾ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਨਾ। ਸੋ ਸਭ ਤੋਂ ਪਹਿਲਾਂ ਆਪਾਂ ਪੇਪਰ ਪਾਵਾਂਗੇ। ਇਸ ਮੋਟਰ ਦੇ ਵਿੱਚ 3 ਤਰ੍ਹਾਂ ਦਾ ਜਿਹੜਾ ਸਲਾਟਸ ਹੈ ਜੀ, ਇਹ 8 ਸਲਾਟ ਜਿਹੜੇ ਆਪਣੇ ਛੋਟੇ ਆ, 8 ਪੇਪਰ ਛੋਟੇ ਪੈਣਗੇ, ਔਰ 8 ਪੇਪਰ ਉਸ ਤੋਂ ਥੋੜ੍ਹੇ ਵੱਡੇ, ਔਰ 16 ਪੇਪਰ ਆ ਜਿਹੜੇ ਇਹ ਫੁੱਲ ਸਾਈਜ਼ 'ਚ ਨੇ ਜੀ। 3 ਸਾਈਜ਼ ਆ ਜੀ ਇਹਦੇ ਵਿੱਚ ਸਲਾਟਾਂ ਦਾ, ਛੋਟਾ, ਉਸ ਤੋਂ ਬੜਾ ਔਰ ਉਸ ਤੋਂ ਬੜਾ। ਇਹ ਆਪਣੀ ਇਹਦੇ ਵਿੱਚ ਪੇਪਰ ਪੈਣਗੇ ਇਸ ਤਰੀਕੇ ਨਾਲ ਜੀ। ਹਾਂਜੀ, PVC ਸ਼ੀਟ ਆਪਾਂ ਇਹਦੇ ਵਿੱਚ ਪਾ ਦਿੱਤੀ ਆ, ਔਰ ਆ ਜਿਹੜੇ ਆਪਣੇ ਸਲਾਟ ਆ ਇਹ ਛੋਟੇ ਆ, ਔਰ ਇਹ ਉਸ ਤੋਂ ਵੱਡੇ ਆ, ਔਰ ਇਹ ਉਸ ਤੋਂ ਵੱਡੇ। 3 ਸਾਈਜ਼ ਤੁਹਾਨੂੰ ਦੱਸੇ ਸੀ ਇਹਦੇ ਵਿੱਚ ਨੇ, ਠੀਕ ਹੈ ਜੀ। ਛੋਟੇ 8 ਆ, ਉਸ ਤੋਂ ਵੱਡੇ 8 ਆ, ਔਰ ਸਭ ਤੋਂ ਜਿਹੜੇ ਵੱਡੇ ਆ ਉਹ 16 ਸਲਾਟ ਆ, ਅਤੇ ਟੋਟਲ ਇਹਦੇ 32 ਸਲਾਟ ਆ ਜੀ। ਅਤੇ ਹੁਣ ਆਪਾਂ ਕਰਾਂਗੇ ਇਹਦੀ ਵਾਈਂਡਿੰਗ ਸ਼ੁਰੂ ਜੀ, ਕੋਇਲ ਬਣਾਉਂਦੇ ਹਾਂ। ਹਾਂਜੀ, ਆਪਾਂ ਇਹਦੇ ਵਿੱਚ ਯੂਜ਼ ਕੀਤਾ ਜੀ ਟੁੱਲੂ ਪੰਪ ਵਾਲਾ ਫਰਮਾ, ਔਰ ਪਹਿਲਾ ਕੋਇਲ ਆਪਣਾ ਬਣ ਚੁੱਕਿਆ, ਔਰ ਪਹਿਲਾਂ ਆਪਾਂ ਇਹਨੂੰ ਇੰਸਟਾਲ ਕਰਕੇ ਦੇਖਾਂਗੇ ਕੋਇਲ ਕੋਈ ਛੋਟਾ ਵੱਡਾ ਕੋਈ ਫਰਕ ਹੋਇਆ ਤਾਂ ਆਪਾਂ ਉਹ ਕਲੀਅਰ। ਹਾਂਜੀ, ਹੁਣ ਆਪਾਂ ਪਹਿਲਾਂ ਕੋਇਲ ਪਾ ਕੇ ਦੇਖਾਂਗੇ ਜੀ, ਅਤੇ ਕੋਇਲ ਵਿੱਚ ਰੱਖਾਂਗੇ ਜਿਹਦੀ ਆਪਾਂ 1 ਤੋਂ 4, ਯਾਨੀ ਕਿ 2 ਸਲਾਟ ਜਿਹੜੇ ਆ ਉਹ ਆਪਾਂ ਵਿਚਾਲੇ ਛੱਡਾਂਗੇ। ਇਹ ਸਭ ਤੋਂ ਛੋਟੇ 2 ਸਲਾਟ ਆ ਜਿਹੜੇ ਵਿਚਾਲੇ ਛੱਡੇ, ਔਰ ਉਸ ਤੋਂ ਜਿਹੜੇ 2 ਨੰਬਰ ਵਾਲੇ ਆ ਉਹਦੇ ਵਿੱਚ ਪਹਿਲਾ ਕੋਇਲ ਜਿਹੜਾ ਪਏਗਾ 1 ਤੋਂ 4 ਪਿੱਚ ਦੇ ਵਿੱਚ, ਇਸ ਤਰੀਕੇ ਨਾਲ ਯੂ ਪੇਪਰ ਲਗਾ ਦਿਆਂਗੇ ਜੀ। ਔਰ 1 ਤੋਂ 6 ਦੇ ਵਿੱਚ ਦੂਸਰਾ ਕੋਇਲ ਜੀ, ਕਨੈਕਸ਼ਨ ਇਹਦੇ ਆਪਾਂ ਉਹੀ ਰੱਖਣੇ ਐਂਡ ਟੂ ਐਂਡ, ਸਟਾਰਟ ਟੂ ਸਟਾਰਟ ਇਹਦਾ ਇਨਰ ਹੈ, ਜਿਸ ਸਾਈਡ ਆਪਾਂ ਬੈਠੇ ਉਸ ਸਾਈਡ ਛੱਡ ਦੇਣਾ। ਔਰ ਇਹ ਦੂਸਰਾ ਕੋਇਲ ਇੰਸਟਾਲ ਹੋ ਗਿਆ ਜੀ, ਇਹਦਾ ਆਊਟਰ ਸੀ ਜੀ, ਔਰ ਇਸ ਸਾਈਡ ਦੇ ਇਨਰ ਵਾਲੀ ਆ ਗਿਆ, ਅਤੇ ਇਹਦਾ ਫਿਰ ਆਊਟਰ ਹੈ। ਇਸ ਤਾਂ ਦੂਸਰੇ ਕੋਇਲ ਦਾ ਆਊਟਰ ਜੀ, ਔਰ ਇਹ ਹੁਣ ਆਪਾਂ ਤੀਸਰਾ ਪਾਵਾਂਗੇ ਜੀ, ਇਸ ਤਰੀਕੇ ਇਸ ਸਾਈਡ ਤੋਂ ਇਸ ਸਾਈਡ ਨੂੰ ਆਏਗਾ ਜੀ, ਯਾਨੀ ਕਿ ਇਹਦਾ ਆਊਟਰ, ਔਰ ਇਸ ਸਾਈਡ ਦੇ ਇਨਰ ਸਾਈਡ ਵਾਲੇ ਪਾਸੇ ਨੂੰ, ਔਰ ਇਹ ਆਪਣਾ ਤੀਸਰਾ ਔਰ ਲਾਸਟ ਕੋਇਲ ਜਿਹੜਾ ਆਪਾਂ ਪਾ ਰਹੇ ਹਾਂ ਜੀ।
ਥੋੜ੍ਹੇ ਥੋੜ੍ਹੇ ਟਰਨ ਕਰਕੇ ਪਾਉਂਦੇ ਰਹਿਣਾ ਜੀ। ਔਰ ਨਾਲ ਹੀ ਤੁਹਾਨੂੰ ਸਭ ਨੂੰ ਰਿਕੁਐਸਟ ਆ, ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ, ਵੀਡੀਓ ਵਧੀਆ ਲੱਗੇ ਲਾਈਕ ਕਰ ਦਿਆ ਕਰੋ, ਪਰ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ, ਕਿਉਂਕਿ ਜਿੰਨਾ ਜ਼ਿਆਦਾ ਤੁਸੀਂ ਸ਼ੇਅਰ ਕਰੋਗੇ ਉਨਾ ਹੀ ਕਿ ਜੋ ਵੀ ਕੋਈ ਲੋੜਵੰਦ ਹੈ ਜਾਂ ਕੋਈ ਨਵਾਂ ਕੰਮ ਸਿੱਖ ਰਿਹਾ ਤਾਂ ਉਹਨਾਂ ਤੱਕ ਵੀਡੀਓ ਇਹ ਪਹੁੰਚੇਗੀ ਔਰ ਕੰਮ ਕਰਨ ਦੇ ਵਿੱਚ ਉਹਨਾਂ ਨੂੰ ਵੀ ਸਹਾਇਤਾ ਮਿਲੇਗੀ। ਔਰ ਦੂਸਰਾ, ਆਪਾਂ ਨੂੰ ਵੱਧ ਤੋਂ ਵੱਧ ਸਬਸਕ੍ਰਾਈਬਰ ਦੀ ਲੋੜ ਆ, ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਅੱਗੇ ਵੀਡੀਓ ਸ਼ੇਅਰ ਕਰ ਦਿਓ। ਪਹਿਲਾ ਸੈੱਟ ਪੈ ਗਿਆ ਜੀ, ਔਰ ਇਸੇ ਤਰ੍ਹਾਂ ਹੀ ਆਪਣੇ ਬਾਕੀ ਜਿਹੜੇ 3 ਸੈੱਟ ਪੈਣਗੇ। ਹਾਂਜੀ, ਹੁਣ ਪਾਵਾਂਗੇ ਆਪਾਂ ਦੂਸਰਾ ਕੋਇਲ। ਕੋਇਲ ਪਿੱਚ ਸੇਮ ਰਹੇਗੀ, 104 1 ਤੋਂ 4। ਇਹ ਹੈ ਜੀ ਆਪਣਾ ਇਨਰ, ਇਸ ਸਾਈਡ ਆਪਣਾ ਬੈਟ, ਇਸ ਸਾਈਡ ਇਨਰ ਆ ਜਾਏਗਾ। ਔਰ 1 ਤੋਂ 4 ਕੋਇਲ ਪਿੱਚ ਰੱਖਣੀ ਹੈ ਜੀ। ਔਰ ਹੁਣ ਲਾਵਾਂਗੇ ਆਪਾਂ ਸਲੋਟ ਪੇਪਰ, ਛੋਟੇ ਜਿਹੜੇ ਸਲਾਟ ਨੇ ਵਿਚਾਲੇ ਦੋ ਉਹ ਖਾਲੀ ਰਹਿ ਜਾਣਗੇ ਜੀ, ਔਰ ਮੀਡੀਅਮ ਦੇ ਵਿੱਚ ਇਹ ਪਏਗਾ। ਇਹ ਸਲੋਟ ਸੈੱਟ ਸੀ ਆਪਣਾ ਮੀਡੀਅਮ ਸੀ, ਜਿਹਦੇ ਵਿੱਚ ਆਪਾਂ ਪਹਿਲਾ ਕੋਇਲ ਪਾਇਆ ਜੀ, ਔਰ ਇਹਦਾ ਆਊਟਰ ਆ ਗਿਆ ਜੀ, ਔਰ ਦੂਸਰੇ ਕੋਇਲ ਦੇ ਇਨਰ ਵਾਲੀ ਸਾਈਡ ਇਹ ਜਾਏਗਾ ਜੀ, ਇਹਦਾ ਆਊਟਰ ਔਰ ਇਸ ਸਾਈਡ ਦਾ ਇਨਰ, ਇਸ ਤਰੀਕੇ ਨਾਲ ਜੀ, ਇਸ ਤਰ੍ਹਾਂ। ਔਰ ਆਪਣੇ ਹੱਥ ਵਾਲੀ ਸਾਈਡ ਆ ਜਾਏਗਾ ਅਤੇ ਦੂਸਰਾ ਕੋਇਲ ਇੰਸਟਾਲ ਕਰਾਂਗੇ ਜੀ। ਇਸ ਤਰੀਕੇ ਨਾਲ ਜੀ ਸਲੋਟ ਪੇਪਰ, ਇਸੇ ਤਰ੍ਹਾਂ ਆਪਣੇ ਚਾਰੇ ਜਿਹੜੇ ਸੈੱਟ ਨੇ ਕੰਪਲੀਟ ਹੋ ਜਾਣਗੇ ਜੀ। ਇਹ ਦੂਸਰੇ ਕੋਇਲ ਦਾ ਆਊਟਰ ਹੈ ਜੀ, ਔਰ ਤੀਸਰੇ ਕੋਇਲ ਦੇ ਇਨਰ ਵਾਲੀ ਸਾਈਡ ਇਹ ਆਏਗਾ, ਔਰ ਜਿਹੜਾ ਇਹਦਾ ਲਾਸਟ ਸਿਰਾ ਆਊਟਰ ਯਾਨੀ ਕਿ ਐਂਡ ਆ ਉਹ ਬਚੇਗਾ ਆਪਣੇ ਕੋਲ। ਤੀਸਰੇ ਕੋਇਲ ਦਾ ਸਿਰਾ ਜੀ ਐਂਡ ਯਾਨੀ ਕਿ ਆਊਟਰ ਇਹ ਆਪਣੇ ਕੋਲ ਬਚ ਗਿਆ। ਔਰ ਇਸ ਤਰ੍ਹਾਂ ਆਪਣੇ ਜਿਹੜੇ ਦੋ ਕੋਇਲ ਹੈ ਸੈੱਟ ਕੰਪਲੀਟ ਹੋ ਚੁੱਕੇ ਆ। ਔਰ ਇਸ ਤੋਂ ਬਾਅਦ ਤੀਸਰਾ ਔਰ ਚੌਥਾ ਉਹ ਵੀ ਇਸੇ ਤਰ੍ਹਾਂ ਹੀ ਪੈਣਗੇ ਜੀ। ਹਾਂਜੀ, ਰਨਿੰਗ ਦੇ ਕੋਇਲ ਆਪਣੇ ਪੈ ਚੁੱਕੇ ਆ ਜੀ,
ਚਾਰੋਂ ਸੈੱਟ ਆਪਣੇ ਕੰਪਲੀਟ ਹੋ ਗਏ ਆ ਔਰ ਸਟਾਰਟਿੰਗ ਦੇ ਕੋਇਲ ਆਪਾਂ ਬਣਾ ਕੇ ਤਿਆਰ ਕਰ ਲਏ ਆ ਅਤੇ ਹੁਣ ਆਪਾਂ ਸਟਾਰਟਿੰਗ ਦੇ ਕੋਇਲ ਪਾਵਾਂਗੇ ਜੀ ਅਤੇ ਜਿਹੜੀ ਦੀ ਕੋਇਲ ਪਿੱਚ ਰੱਖਾਂਗੇ ਜੀ 1 ਤੋਂ 6 1 2 3 4 5 ਔਰ 6 ਯਾਨੀ ਕਿ ਜਿਹੜੇ ਵਿਚਾਲੇ 4 ਸਲੋਟ ਹੈ ਇਹ ਆਪਾਂ ਛੱਡਾਂਗੇ ਔਰ ਸਟਾਰਟ ਕਰਦੇ ਹਾਂ ਜੀ ਔਰ ਰਨਿੰਗ ਦੇ ਕੋਇਲ ਜਿਹੜੇ ਆਪਣੇ ਬਣਾਏ ਸੀ ਜੀ ਆਪਾਂ ਬਣਾਏ ਸੀ 23 ਨੰਬਰ ਦੇ ਵਿੱਚ ਜੀ ਔਰ ਸਟਾਰਟਿੰਗ ਦੇ ਜਿਹੜੇ ਕੋਇਲ ਆਪਾਂ ਬਣਾਏ ਆ ਇਹ ਬਣਾਏ ਆ ਜੀ 26 ਨੰਬਰ ਦੇ ਵਿੱਚ ਅਗਰ ਟਰਨਾਂ ਦੀ ਗੱਲ ਕਰ ਲਈਏ ਟਰਨਾਂ ਆਪਾਂ ਰਨਿੰਗ ਦੇ ਵਿੱਚ ਪਾਈਆਂ ਜੀ 50 ਔਰ 80 ਔਰ ਸਟਾਰਟਿੰਗ ਦੇ ਵਿੱਚ ਵੀ ਟਰਨਾਂ ਆਪਣੀਆਂ ਸੇਮ ਆ ਪਰ ਵਾਇਰ ਨੰਬਰ ਜਿਹੜਾ ਉਹ ਚੇਂਜ ਆ ਅਤੇ ਇਹ ਆਪਣੀਆਂ ਟਰਨਾਂ ਸੀ ਜੀ ਦੇ ਵਿੱਚ 1 ਤੋਂ 6 ਦੇ ਵਿੱਚ ਜਿਹੜਾ ਪਹਿਲਾ ਸੈੱਟ ਆਪਾਂ ਪਾਉਣ ਜਾ ਰਹੇ ਹਾਂ ਇਸ ਕਰਕੇ ਥੋੜ੍ਹੀਆਂ ਥੋੜ੍ਹੀਆਂ ਜਿਹੜੀਆਂ ਟਰਨਾਂ ਆਪਾਂ ਪਾਉਂਦੇ ਰਹਾਂਗੇ ਔਰ ਉਸ ਤੋਂ ਬਾਅਦ ਉੱਪਰ ਲਾ ਲਾਂਗੇ ਜੀ ਆਪਾਂ ਸਲਾਟ ਪੇਪਰ ਔਰ ਇਹ ਜਿਹੜਾ ਆਪਣਾ 2 ਕੋਇਲਾਂ ਦਾ ਸੈੱਟ ਬਣਾਇਆ ਹੋਇਆ ਜੀ ਆਪਾਂ ਔਰ ਦੂਸਰਾ ਕੋਇਲ ਆਪਾਂ ਪਾਉਣਾ ਸ਼ੁਰੂ ਕਰਾਂਗੇ ਜੀ ਜਿਹੜੇ ਆਪਾਂ 2 ਖਾਲੀ ਸਲੋਟ ਛੱਡੇ ਸੀ ਉਹਨਾਂ ਦੇ ਵਿੱਚ ਆਏਗਾ ਯਾਨੀ ਕਿ 1 ਤੋਂ 8 ਦੇ ਵਿੱਚ ਕੋਇਲ ਪਿੱਚ ਜਿਹੜੀ ਸਟਾਰਟਿੰਗ ਦੀ ਹੈਗੀ ਜੀ 1 ਤੋਂ 6 ਔਰ 1 ਤੋਂ 8 ਔਰ 1 ਤੋਂ 8 ਦੇ ਵਿੱਚ ਇਹ ਆਏਗਾ ਬਸ ਥੋੜ੍ਹੇ ਥੋੜ੍ਹੇ ਟਰਨ ਕਰਕੇ ਆਪਾਂ ਪਾਉਂਦੇ ਰਹਾਂਗੇ ਤਾਂ ਜੋ ਕਿ ਟੱਕ ਵਗੈਰਾ ਨਾ ਲੱਗੇ ਪਹਿਲਾ ਕੋਇਲ ਆਪਣਾ ਪੈ ਗਿਆ ਜੀ ਇਹ ਹੈ ਜੀ ਪਹਿਲੇ ਕੋਇਲ ਦਾ ਸਿਰਾ ਔਰ ਇਹ ਦੂਸਰੇ ਦਾ ਇਹ ਸਟਾਰਟ ਹੈ ਜੀ ਆਪਣਾ ਜਿਹਨੂੰ ਆਪਾਂ ਇਨਰ ਵੀ ਬੋਲ ਦਿੰਦੇ ਹਾਂ ਔਰ ਇਹ ਐਂਡ ਹੈ ਜੀ ਜਿਹਨੂੰ ਆਪਾਂ ਆਊਟਰ ਕਹਿ ਦਿੰਦੇ ਹਾਂ ਸੋ ਇਸੇ ਤਰ੍ਹਾਂ ਜਿਹੜੇ ਬਾਕੀ ਦੇ 3 ਸੈੱਟ ਨੇ ਉਹ ਵੀ ਇਸੇ ਤਰ੍ਹਾਂ ਪੈਣਗੇ ਆਪਾਂ ਸਿੱਧੇ ਉਹਨੂੰ ਕਨੈਕਸ਼ਨਾਂ ਦੀ ਗੱਲ ਕਰਾਂਗੇ ਕਿਉਂਕਿ ਅਗਰ ਇਕੱਲਾ ਸੈੱਟ ਪਾਵਾਂਗੇ ਤਾਂ ਵੀਡੀਓ ਕਾਫੀ ਲੰਬੀ ਹੋ ਜਾਏਗੀ ਸੋ ਹੁਣ ਆਪਾਂ ਇੱਥੇ ਦੂਸਰਾ ਸੈੱਟ ਪਾਵਾਂਗੇ ਜੀ ਔਰ ਉਸ ਤੋਂ ਬਾਅਦ ਗੱਲ ਕਰਾਂਗੇ ਕਨੈਕਸ਼ਨਾਂ ਦੀ ਜੀ ਲਓ ਜੀ ਰਨਿੰਗ ਔਰ ਸਟਾਰਟਿੰਗ ਦੇ ਕੋਇਲ ਜਿਹੜੇ ਆਪਣੇ ਪੈ ਕੇ ਕੰਪਲੀਟ ਹੋ ਗਏ ਆ ਔਰ ਹੁਣ ਇਸ ਸਾਈਡ ਆਪਾਂ ਪੈਕਿੰਗ ਪਾਵਾਂਗੇ ਔਰ ਪੈਕਿੰਗ ਤੋਂ ਬਾਅਦ ਕਰਾਂਗੇ ਜੀ ਸਿਲਾਈ ਔਰ ਫਿਰ ਕਰਾਂਗੇ ਮੋਟਰ ਦੇ ਕਨੈਕਸ਼ਨ ਜੀ ਸੋ ਇਸ ਸਾਈਡ ਪਹਿਲਾਂ ਪੈਕਿੰਗ ਪਾਵਾਂਗੇ ਜੀ ਫਿਰ ਕਰਾਂਗੇ ਜੀ ਸਿਲਾਈ ਪੈਕਿੰਗ ਪਾਉਣ ਵਾਸਤੇ ਆਪਾਂ ਇੱਕ ਲੇਅਰ ਕੱਟਾਂਗੇ ਜੀ ਵਾਈਟ ਪੇਪਰ ਦੀ ਤੁਸੀਂ ਗ੍ਰੀਨ ਵੀ ਯੂਜ਼ ਕਰ ਸਕਦੇ ਹੋ ਇਸ ਤਰੀਕੇ ਨਾਲ ਰਨਿੰਗ ਔਰ ਸਟਾਰਟਿੰਗ ਦੇ ਕੋਇਲਾਂ ਦੇ ਆਪਾਂ ਵਿਚਾਲੇ ਪਾ ਦਾਂਗੇ ਤਾਂ ਜੋ ਆਪਸ 'ਚ ਮੈਚ ਨਾ ਹੋਣ ਇਸ ਤਰੀਕੇ ਨਾਲ ਜੀ ਪੈਕਿੰਗ ਆਪਾਂ ਪਾ ਦਾਂਗੇ ਇਹ ਰਨਿੰਗ ਦੇ ਕੋਇਲ ਔਰ ਸਟਾਰਟਿੰਗ ਦੇ ਇਹਨਾਂ ਦੋਨਾਂ ਦੇ ਵਿਚਾਲੇ ਆਪਾਂ ਨੂੰ ਪਾ ਦੇਣਾ ਤਾਂ ਜੋ ਰਨਿੰਗ ਔਰ ਸਟਾਰਟਿੰਗ ਦੀਆਂ ਜਿਹੜੀਆਂ ਟਰਨਾਂ ਨੇ ਆਪਸ ਦੇ ਵਿੱਚ ਨਾ ਹੋਣ ਤਾਂ ਜੋ ਮੋਟਰ ਆਪਣੀ ਕ੍ਰੋਸ ਨਾ ਹੋਵੇ ਗਰਮ ਹੋ ਕੇ ਸੋ ਇਸ ਵਾਸਤੇ ਲਓ ਜੀ ਇਸ ਸਾਈਡ ਆਪਣਾ ਧਾਗਾ ਕੰਪਲੀਟ ਹੋ ਗਿਆ ਪੈਕਿੰਗ ਤੋਂ ਬਾਅਦ ਸਿਲਾਈ ਆਪਾਂ ਕਰ ਦਿੱਤੀ ਇਹਦੀ ਇਸ ਸਾਈਡ ਆਪਾਂ ਪੈਕਿੰਗ ਪਾ ਲਈਏ ਜੀ ਹੁਣ ਆਪਾਂ ਇਹਦੇ ਕਨੈਕਸ਼ਨ ਜਿਹੜੇ ਉਹ ਕਰਾਂਗੇ
ਠੀਕ ਹੈ ਜੀ। ਅਤੇ ਇਹ ਆਪਾਂ ਰਨਿੰਗ ਵਾਲੇ ਕਨੈਕਸ਼ਨ ਹੈ ਸਾਰੇ ਜਿਹੜੇ ਇਹ ਬਾਹਰ ਕੱਢ ਲਏ। ਸਭ ਤੋਂ ਪਹਿਲਾਂ ਆਪਾਂ ਸਟਾਰਟਿੰਗ ਦਾ ਸਿਰਾ ਜਿਹੜਾ ਉਹ ਬਾਹਰ ਰੱਖ ਲਾਂਗੇ। ਇਹਦਾ ਸਟਾਰਟ ਹੈ ਜੀ ਔਰ ਇਹਦਾ ਐਂਡ ਹੈ। ਇਹ ਸਟਾਰਟ ਛੱਡ ਦੇਵਾਂਗੇ ਔਰ ਐਂਡ ਐਂਡ ਨਾਲ ਐਂਡ ਆਪਾਂ ਜੋੜ ਦੇਵਾਂਗੇ। ਔਰ ਉਸ ਤੋਂ ਬਾਅਦ ਫਿਰ ਅਗਲਾ ਸਿਰਾ ਸਟਾਰਟ ਦਾ ਜੀ ਔਰ ਇਹ ਦੂਸਰੇ ਕੋਇਲ ਦਾ ਸਟਾਰਟ ਜੀ। ਇਹਨਾਂ ਦੋਨਾਂ ਨੂੰ ਆਪਸ ਦੇ ਵਿੱਚ ਕਨੈਕਟ ਕਰ ਦੇਵਾਂਗੇ ਇਸ ਤਰ੍ਹਾਂ ਜੀ। ਔਰ ਇਹ ਅਗਲੇ ਮੰਨ ਲਓ ਆਪਣਾ ਐਂਡ ਬਚ ਗਿਆ, ਇਹ ਸਟਾਰਟ ਹੈ, ਇਹਨੂੰ ਛੱਡ ਦੇਵਾਂਗੇ ਜੀ ਔਰ ਐਂਡ ਔਰ ਐਂਡ ਨੂੰ ਆਪਸ ਦੇ ਵਿੱਚ ਆਪਾਂ ਮਿਲਾ ਦੇਵਾਂਗੇ ਜੀ। ਔਰ ਇੱਕ ਸਟਾਰਟ ਹੈ ਔਰ ਇੱਕ ਇਹ ਦੋਨੋਂ ਆਪਣੇ ਬਚ ਜਾਣਗੇ ਜਿਨ੍ਹਾਂ ਦੇ ਨਾਲ ਆਪਾਂ ਲੀਡ ਲਾਵਾਂਗੇ। ਔਰ ਇਸੇ ਤਰ੍ਹਾਂ ਹੀ ਸਟਾਰਟਿੰਗ ਦੇ ਹੋਣਗੇ ਜੀ। ਹੁਣ ਆਪਾਂ ਕਨੈਕਸ਼ਨ ਹੈ ਜਿਹੜੇ ਪੱਕੇ ਕਰਦੇ ਹਾਂ। ਰਨਿੰਗ ਦੇ ਕਨੈਕਸ਼ਨ ਆਪਾਂ ਕਰਤੇ ਜੀ। ਇਹ ਹੈਗਾ ਜੀ ਆਪਣਾ ਐਂਡ ਟੂ ਐਂਡ ਔਰ ਫਿਰ ਸਟਾਰਟ ਟੂ ਸਟਾਰਟ ਔਰ ਐਂਡ ਟੂ ਐਂਡ। ਇਹਦੇ ਵਿੱਚ ਆਪਾਂ ਜੀਰੋ ਔਰ ਤਿੰਨ ਨੰਬਰ ਸਲੀਪ ਆਈ ਹੈ ਔਰ ਜੋੜ ਮਚਾਉਣ ਤੋਂ ਬਾਅਦ ਆਪਾਂ ਇਹ ਸਲੀਪਾਂ ਉੱਪਰ ਕਰ ਦੇਵਾਂਗੇ। ਔਰ ਹੁਣ ਆਪਾਂ ਕਰਦੇ ਹਾਂ ਜੀ ਸਟਾਰਟਿੰਗ ਦੇ ਕਨੈਕਸ਼ਨ। ਸਟਾਰਟਿੰਗ ਦੇ ਕਨੈਕਸ਼ਨ ਕਰਤੇ ਜੀ ਆਪਾਂ। ਇਹ ਆ ਗਿਆ ਜੀ ਆਪਣਾ ਪਹਿਲਾ ਕਨੈਕਸ਼ਨ ਸਟਾਰਟ ਟੂ ਸਟਾਰਟ ਔਰ ਐਂਡ ਟੂ ਐਂਡ ਜੀ ਔਰ ਫਿਰ ਸਟਾਰਟ ਟੂ ਸਟਾਰਟ। ਸਾਰੇ ਕਨੈਕਸ਼ਨ ਆਪਣੇ ਇਸੇ ਤਰ੍ਹਾਂ ਨੇ ਜੀ, ਐਂਡ ਟੂ ਐਂਡ, ਸਟਾਰਟ ਟੂ ਸਟਾਰਟ ਔਰ ਐਂਡ ਟੂ ਐਂਡ। ਇਹ ਆ ਗਿਆ ਜੀ ਦੁਬਾਰਾ ਤੋਂ ਇੱਕ ਵਾਰੀ ਦੱਸ ਦਿੰਦੇ ਜੀ, ਐਂਡ ਟੂ ਐਂਡ। ਔਰ ਫਿਰ ਦੂਸਰਾ ਕਨੈਕਸ਼ਨ ਆ ਗਿਆ ਜੀ ਸਟਾਰਟ ਟੂ ਸਟਾਰਟ ਔਰ ਤੀਸਰਾ ਫਿਰ ਆਪਣਾ ਆ ਗਿਆ ਜੀ ਐਂਡ ਟੂ ਐਂਡ। ਹੁਣ ਇਹਨਾਂ ਦੇ ਉੱਪਰ ਸਲਿੱਪ ਪਾ ਕੇ ਆਪਾਂ ਇਹਨਾਂ ਨੂੰ ਕਵਰ ਕਰ ਦੇਵਾਂਗੇ। ਸਟਾਰਟਿੰਗ ਦੇ ਕਨੈਕਸ਼ਨ ਹੋ ਗਏ ਜੀ ਆਪਣੇ। ਇਹ ਹੈ ਜੀ ਆਪਣਾ ਪਹਿਲਾ ਕਨੈਕਸ਼ਨ ਐਂਡ ਟੂ ਐਂਡ ਔਰ ਦੂਸਰਾ ਆ ਗਿਆ ਜੀ ਆਪਣਾ ਸਟਾਰਟ ਟੂ ਸਟਾਰਟ ਔਰ ਤੀਸਰਾ ਐਂਡ ਟੂ ਐਂਡ। ਇਹ ਦੋ ਸਟਾਰਟ ਆਪਣੇ ਬਚ ਗਏ ਜੀ, ਇਹਦੇ ਨਾਲ ਆਪਾਂ ਲੀਡਾਂ ਲਾ ਦੇਵਾਂਗੇ। ਆਹ ਦੋ ਸਟਾਰਟ ਆਪਣੇ ਜਿਹੜੇ ਹੈਗੇ ਜੀ ਇਹ ਰਨਿੰਗ ਦੇ ਹੈ ਅਤੇ ਇਹਨਾਂ ਨਾਲ ਆਪਾਂ ਲੀਡਾਂ ਲਾ ਕੇ ਬਾਹਰ ਕਰ ਦੇਵਾਂਗੇ ਔਰ ਉਸ ਤੋਂ ਬਾਅਦ ਕਰਾਂਗੇ ਜੀ ਸਿਲਾਈ। ਲਓ ਜੀ ਕਨੈਕਸ਼ਨ ਆਪਣਾ ਕੰਪਲੀਟ ਆ। ਵਾਈਟ ਰੰਗ ਦੀ ਵਾਇਰ ਆਪਾਂ ਲਾਈ ਹੈ ਜੀ ਰਨਿੰਗ ਨਾਲ ਔਰ ਬਲਿਊ ਰੰਗ ਲਾਇਆ ਜੀ ਆਪਾਂ ਸਟਾਰਟਿੰਗ ਦੇ ਨਾਲ। ਹੁਣ ਇਹਦੇ ਉੱਪਰ ਆਪਾਂ ਤਿੰਨ ਨੰਬਰ ਸਲੀਪ ਪਾਉਣ ਤੋਂ ਬਾਅਦ ਇਹਦੀ ਸਿਲਾਈ ਸ਼ੁਰੂ ਕਰ ਦੇਵਾਂਗੇ। ਔਰ ਗੱਲ ਕਰ ਲਈਏ ਇਹਦੇ ਵਿੱਚ ਆਪਾਂ ਵਾਇਰ ਨੰਬਰ 23 ਔਰ 26 ਦੇ ਵਿੱਚ ਕੀਤਾ ਜੀ। 23 ਦੀਆਂ ਜਿਹੜੀਆਂ ਟਰਨਾਂ ਹੈਗੀਆਂ ਉਹ ਆਪਣੀ ਹੈਗੀ ਜੀ 50 50 80 ਔਰ 26 ਯਾਨੀ ਸਟਾਰਟਿੰਗ ਦੇ ਵਿੱਚ ਜਿਹੜੀਆਂ ਟਰਨਾਂ ਹੈਗੀਆਂ ਜੀ 50 80। ਅਤੇ ਇਹਦਾ ਵਾਈਂਡਿੰਗ ਡਾਟਾ ਸੀ ਜੀ, ਬਾਕੀ ਸਾਰੀ ਡਿਟੇਲ ਆਪਾਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਲਿਖ ਕੇ ਦੇਵਾਂਗੇ ਅਤੇ ਉਹਦੇ ਵਿੱਚ ਤੁਸੀਂ ਚੈੱਕ ਵੀ ਕਰ ਸਕਦੇ ਹੋ। ਸੋ ਹੁਣ ਆਪਾਂ ਇਹਨੂੰ ਸਿਲਾਈ ਕਰਦੇ ਹਾਂ ਸਲੀਵ ਲਾਉਣ ਤੋਂ ਬਾਅਦ। ਹਾਂਜੀ ਕਨੈਕਸ਼ਨ ਆਪਣੇ ਹੋ ਗਏ, ਲੀਡਾਂ ਲਾਤੀਆਂ ਔਰ ਹੁਣ ਆਪਾਂ ਇਹਦੇ ਵਿੱਚ ਕਰਾਂਗੇ ਵਾਰਨਿਸ਼। ਵਾਰਨਿਸ਼ ਹੋਣ ਤੋਂ ਬਾਅਦ ਸੁੱਕ ਗਈ ਹੈ, ਸੁੱਕਣ ਤੋਂ ਬਾਅਦ ਕਰਾਂਗੇ ਜੀ ਇਹਨੂੰ ਆਪਾਂ ਫਿੱਟ। ਔਰ ਹਾਂਜੀ ਲੀਡਾਂ ਲਾ ਕੇ ਮੋਟਰ ਆਪਣੀ ਕੰਪਲੀਟ ਆ ਅਤੇ ਹੁਣ ਆਪਾਂ ਇਹਨੂੰ ਕਰਦੇ ਹਾਂ ਵਾਰਨਿਸ਼ ਔਰ ਵਾਰਨਿਸ਼ ਤੋਂ ਬਾਅਦ ਕਰਾਂਗੇ ਜੀ ਦੀ ਫਿਟਿੰਗ।